ਤੁਸੀਂ ਇੱਕ ਅਲਮੀਨੀਅਮ ਕੈਨ ਤੋਂ ਇੱਕ ਸੋਹਣੀ ਜਿਹੀ ਕਟੋਰੀ ਬਣਾ ਸਕਦੇ ਹੋ। ਇੱਕ ਬੀਅਰ ਕੈਨ ਨੂੰ ਲਓ ਅਤੇ ਉਸਦਾ ਉਤਲਾ ਸਿਰਾ ਕੈਂਚੀ ਨਾਲ ਕੱਟ ਦਿਓ। ਕੱਟਣ ਵੇਲੇ ਉਸ ਦੇ ਸਿਰੇ ਉੱਤੇ ਥੱਲੇ ਰਹਿਣਗੇ, ਉਸ ਨੂੰ ਇੱਕ ਬਰਾਬਰ ਕਰ ਦਿਓ। ਹੁਣ ਇੱਕ ਰਬੜ ਬੈਂਡ ਕੈਨ ਦੇ ਨਿਚਲੇ ਹਿੱਸੇ ਤੋਂ 2 ਸੈਂਟੀਮੀਟਰ ਉੱਤੇ ਬੰਨ ਦਿਓ ਅਤੇ ਪਤਲੀਆਂ ਪਤਲੀਆਂ ਪੱਤੀਆਂ ਕੈਨ ਦੇ ਆਲੇ ਦੁਆਲੇ ਕੱਟ ਦਿਓ। ਇਹ ਪੱਤੀਆਂ ਤੁਹਾਨੂੰ ਪੱਖੇ ਦੇ ਪਰਾਂ ਵਾਂਗੂ ਦਿਸਣਗੀਆਂ। ਸਾਰੀਆਂ ਪੱਤੀਆਂ ਨੂੰ ਇੱਕ ਇੱਕ ਕਰਕੇ ਮੋੜ ਦਿਓ। ਮੁੜਨ ਤੋਂ ਬਾਅਦ ਇਹ ਸੂਰਜ ਦੀਆਂ ਕਿਰਨਾਂ ਵਾਂਗੂ ਨਜ਼ਰ ਆਉਣਗੀਆਂ। ਤੁਸੀਂ ਇਸ ਨੂੰ ਪੁੱਠਾ ਕਰਕੇ ਵੇਖ ਸਕਦੇ ਹੋ ਕਿ ਇਹ ਥੱਲਿਓਂ ਕਿਵੇਂ ਦਿਸਦਾ ਹੈ। ਹੁਣ ਇੱਕ ਪੱਤੀ ਲਓ ਅਤੇ ਉਸ ਨੂੰ ਰਿਮ ਦੇ ਦੁਆਲੇ ਮੋੜ ਦਿਓ। ਇੱਕ ਇੱਕ ਕਰਕੇ ਸਾਰੀਆਂ ਪੱਤੀਆਂ ਨੂੰ ਮੋੜ ਦਿਓ। ਅੰਤ ਵਿੱਚ ਅਖੀਰਲੀ ਪੱਤੀ ਨੂੰ ਮੋੜ ਕੇ ਅੰਦਰ ਕਰ ਦਿਓ, ਜਿਸ ਨਾਲ ਇਹ ਲੌਕ ਹੋ ਜਾਣਗੀਆਂ। ਇਸ ਤਰ੍ਹਾਂ ਤੁਸੀਂ ਇੱਕ ਸਿੱਟਣ ਵਾਲੇ ਅਲਮੀਨੀਅਮ ਕੈਨ ਤੋਂ ਇੱਕ ਸੁੰਦਰ ਕਟੋਰੀ ਬਣਾ ਸਕਦੇ ਹੋ, ਜਿਸ ਵਿੱਚ ਤੁਸੀਂ ਕੁਝ ਵੀ ਛੋਟਾ ਮੋਟਾ ਸਮਾਨ ਰੱਖ ਸਕਦੇ ਹੋ, ਜਿਵੇਂ ਕਿ ਰਬੜ ਬੈਂਡ, ਕਲਿੱਪਾਂ, ਪਿੰਨਾਂ।